ਤੁਹਾਡੇ ਨਾਲ ਮੈਂ ਅੱਜ ਇੱਕ ਬੜੀ ਜਿਹੜੀ ਦਰਦਨਾਕ ਅਖੌਤੀ ਜਥੇਦਾਰਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਵਿਚਾਰਾ ਕਰਨ ਵਾਸਤੇ ਆਈ ਹਾਂ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦਾ ਬਹੁਤ ਵੱਡਾ ਕੰਮ ਕੀਤਾ, ਗੁਰਮਤਿ ਪਰੰਪਰਾਵਾਂ ਦੀ ਬਹੁਤ ਵੱਡੀ ਤੁਹੀਨ ਕੀਤੀ, ਗੁਰਮਤਿ ਸਿਧਾਂਤ ਨੂੰ ਬਹੁਤ ਵੱਡਾ ਖੋਰਾ ਲਾਇਆ, ਸਿੱਖ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਦੁਬਿਧਾ ਵਿੱਚ ਪਾਇਆ। ਇਹ ਸਾਰੇ ਕਾਰਨ ਜਿਹੜੇ ਹੈ ਇਹ ਅੱਜ ਮੰਗ ਕਰਦੇ ਹੈ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਪਰੰਪਰਾਵਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਜਾਵੇ, ਕਿਉਂਕਿ ਉਹ ਆਪਣੇ ਆਪ ਬਣੇ ਗਲਤ ਢੰਗ ਦੇ ਨਾਲ ਆਪਣੇ ਆਪ ਨੂੰ ਜਥੇਦਾਰ ਕਹਾਉਂਦੇ ਹੈ। ਅਫਸੋਸ ਹੈ ਕਿ ਜਥੇਦਾਰ ਬਣਾਉਣ ਦੀ ਕੋਈ ਵਿਧੀ ਹੈ, ਕੋਈ ਸੰਵਿਧਾਨ ਹੈ, ਕੋਈ ਪਰੰਪਰਾ ਹੈ, ਕੋਈ ਸਿਧਾਂਤ ਹੈ, ਜਿਹੜੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਜਥੇਦਾਰ ਕਿੱਦਾਂ ਨਿਯੁਕਤ ਕੀਤੇ ਜਾਂਦੇ ਹੈ, ਜਥੇਦਾਰ ਕਿੱਦਾਂ ਥਾਪੇ ਜਾਂਦੇ ਹੈ, ਅਤੇ ਬਾਹਰ ਜਾ ਕੇ ਖੇਤਾਂ ਦੇ ਵਿੱਚ ਬੈਠ ਕੇ ਕੋਈ 5-7 ਹਜ਼ਾਰ ਦਾ ਇਕੱਠ ਕਰਕੇ ਜੇ ਜਥੇਦਾਰ ਬਣਾ ਲਏ, ਫਿਰ ਮੇਰਾ ਖਿਆਲ ਹੈ ਕਿ ਅਸੀਂ ਤਾਂ ਰੋਜ਼ ਹੀ ਲੱਖਾਂ ਦੇ ਇਕੱਠ ਕਰਦੇ ਹਾਂ ਜਿਹੜਾ ਮਰਜ਼ੀ ਜਥੇਦਾਰ ਥਾਪ ਦੀਏ। ਸੋ ਮੈਂ ਸਮਝਦੀ ਹਾਂ ਕਿ ਕੌਮ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਪੰਥ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ, ਉਹ ਅਖੌਤੀ ਜਥੇਦਾਰ ਜਿਹੜੇ ਹੈ ਇੱਥੋਂ ਤੱਕ ਉਤਰੇ ਆਏ ਕਿ ਬਹੁਤ ਵੱਡਾ ਅੱਜ ਨੁਕਸਾਨ ਕਰ ਰਹੇ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਂ ਨੂੰ ਬਲੈਕਮੇਲ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਅਤੇ ਤਲਬ ਕਰਨ ਤੱਕ ਦੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਇਹ ਦੁੱਖ ਨਹੀਂ ਕਿ ਉਹਨਾਂ ਨੇ ਮੇਰੇ ਲਈ ਸ਼ਬਦ ਤਲਬ ਵਰਤਿਆ, ਕਿਉਂਕਿ ਮੈਂ ਨਾ ਤਲਬ ਉਹ ਕਰ ਸਕਦੇ ਮੈਨੂੰ ਅਤੇ ਨਾ ਮੈਂ ਤਲਬ ਹੋਣਾ, ਮੈਂ ਉਹਨਾਂ ਨੂੰ ਤਾਂ ਕੋਈ ਮੇਰਾ ਮਤਲਬ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਨਕਾਰ ਚੁੱਕੇ ਹੈ। ਪਰ ਮੈਂ ਕੌਮ ਨੂੰ ਕਹਿਣ ਵਾਸਤੇ ਆਈ ਹਾਂ ਕਿ ਬਚੋ, ਇਹ ਲੋਕ ਬਹੁਤ ਵੱਡੀਆਂ ਆਪ ਉਧਰੀਆਂ ਜੋ ਕਰਨ ਲੱਗ ਪਏ ਹੈ, ਇਹਦੇ ਨਾਲ ਸਾਡੇ ਸ਼੍ਰੀ ਅਕਾਲ ਤਖਤ ਦੀ ਮਰਿਆਦਾ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਕੌਮ 'ਚ ਦੁਬਿਧਾ ਨਾ ਪਾਉਣ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜੇ ਹੁੰਦੇ ਸੀ ਉਹ ਦੁਬਿਧਾ 'ਚ ਪਈ ਕੌਮ ਨੂੰ ਕੱਢਦੇ ਸੀ, ਨਾ ਕਿ ਦੁਬਿਧਾ 'ਚ ਪਾਉਂਦੇ ਸੀ, ਇਹ ਦੁਬਿਧਾ 'ਚ ਪਾ ਰਹੇ, ਇਸ ਕਰਕੇ ਇਹਨਾਂ 'ਤੇ ਸਖ਼ਤ ਕਾਰਵਾਈ ਬਣਦੀ ਹੈ। ਜੋ ਬਣਦੀ ਹੋਏਗੀ ਜੀ, ਮੈਂ ਤਾਂ ਜੀ ਅੱਜ ਵੀ ਕਰ ਰਹੀ, ਲਿਖ ਕੇ ਭੇਜੋ, ਅਸੀਂ ਲਿਖ ਕੇ ਭੇਜਾਂਗੇ ਸਾਰੇ ਮੈਂਬਰ ਬਹੁਤ ਜਲਦੀ। ਦੇਖੋ ਬੀਬੀਆਂ ਹਰ ਸਟੇਜ 'ਤੇ ਕੀਰਤਨ ਕਰਦੀਆਂ, ਕੋਈ ਐਸੀ ਗੱਲ ਨਹੀਂ, ਸਾਰੇ ਥਾਵਾਂ ਦੇ ਉੱਤੇ ਕੀਰਤਨ ਕਰਦੀਆਂ ਮੈਂ। ਸਿਰਫ ਇਹ ਹੈ ਕਿ ਜਿੱਦਾਂ ਸ਼੍ਰੀ ਹਰਿਮੰਦਰ ਸਾਹਿਬ ਦੀ ਤੁਸੀਂ ਮੈਨੂੰ ਪਤਾ ਜਿਹੜੀ ਗੱਲ ਕਰਨਾ ਚਾਹੁੰਦੇ ਹੋ ਖੁੱਲ੍ਹ ਕੇ ਕਿਹਾ ਕਰੋ, ਕਿਉਂਕਿ ਮੈਂ ਜਿਹੜੀ ਗੱਲ ਤੁਹਾਡੇ ਅੰਦਰ ਹੈ ਮੈਂ ਜਾਣਦੀ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕਿਉਂ ਨਹੀਂ ਕੀਤਾ ਜਾਂਦਾ। ਕਿਸੇ ਨੂੰ ਫੜ ਕੇ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੋਵੇ, ਚਾਰ ਸ਼ਬਦ ਜਾਣਦਾ ਹੋਵੇ, ਉਹਨੂੰ ਫੜ ਕੇ ਉੱਥੇ ਕੀਰਤਨ 'ਤੇ ਨਹੀਂ ਬਿਠਾਇਆ ਜਾ ਸਕਦਾ। ਉੱਥੇ ਦੀ ਕੋਈ ਮਾਣ ਮਰਿਆਦਾ ਹੈ, ਕਿੰਨੀ ਬਾਣੀ ਕੰਠ ਹੋਵੇ, ਕਿੰਨਾ ਉੱਥੇ ਦੀ ਉਹਦੀਆਂ ਰਾਗ ਉਹਨੂੰ ਕਿੰਨੇ ਆਉਂਦੇ ਹੋਣ, ਉਹਦਾ ਬਕਾਇਦਾ ਟੈਸਟ ਹੁੰਦਾ ਹੈ, ਔਰ ਬਹੁਤ ਤਜ਼ਰਬੇ ਤੋਂ ਬਾਅਦ ਉਸ ਸਥਾਨ ਦੇ ਉੱਤੇ ਉਹ ਬੈਠਦਾ। ਬਹੁਤ ਸਾਰੇ ਗੁਰਦੁਆਰੇ 'ਚ ਪਹਿਲਾਂ ਅਸੀਂ ਲਾਉਂਦੇ ਹਾਂ, ਥੱਲੇ ਦੂਜੇ ਗੁਰਦੁਆਰੇ 'ਚ ਲਾਉਂਦੇ ਹਾਂ, ਫਿਰ ਜਾ ਕੇ ਉੱਥੇ ਕੀਰਤਨ ਕਰਦੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੀਰਤਨ ਹੁੰਦਾ, ਅਸੀਂ ਕਰਾਉਂਦੇ ਹਾਂ ਬੀਬੀਆਂ ਕੋਲ ਕੀਰਤਨ, ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੀਰਤਨ ਚੱਲਦਾ। ਪਰ ਉੱਥੇ ਕਿਉਂਕਿ ਦੁਨੀਆ ਦੀ ਸਾਰੇ ਨਜ਼ਰ ਲੱਗੀਆਂ ਹੁੰਦੀਆਂ, ਕਿਤੇ ਵੀ ਕੋਈ ਮਾੜੀ ਮੋਟੀ ਗਲਤੀ ਹੋ ਜੇ ਤਾਂ ਨੁਕਸਾਨ ਹੁੰਦਾ। ਸੋ ਬੀਬੀਆਂ ਨੂੰ ਕੀਰਤਨ ਵਾਸਤੇ ਜਦੋਂ ਮੈਂ ਪ੍ਰਧਾਨ ਸੀ, ਮੁੱਖ ਸੇਵਾਦਾਰ ਸੀ ਸ਼੍ਰੋਮਣੀ ਕਮੇਟੀ, ਉਦੋਂ ਮੈਂ ਆਵਾਜ਼ ਮਾਰੀ ਸੀ, ਕਿਸੇ ਵੀ ਜਥੇ ਨੇ ਅਪਰੋਚ ਨਹੀਂ ਸੀ ਕੀਤੀ। ਮੈਂ ਅੱਜ ਵੀ ਕਹਿੰਦੀ ਹਾਂ ਕਿ ਜੇ ਬੀਬੀਆਂ ਦੇ ਜਥੇ ਹੈਨ ਪਰਪੱਕ ਹਨ, ਜੇ ਉਹਨਾਂ ਨੂੰ ਵਾਕਈ ਪੂਰਨ ਤੌਰ ਦੇ ਉੱਤੇ ਰਾਗਾਂ ਵਿੱਚ ਮਹਾਰਤ ਹੈ, ਬਾਣੀ ਕੰਠ ਹੈ, ਮਰਿਆਦਾ ਵਿੱਚ ਉਹ ਪੂਰਨ ਤੌਰ ਦੇ ਉੱਤੇ ਕੀਰਤਨ ਕਰ ਸਕਦੀਆਂ, ਤਾਂ ਉਹ ਜ਼ਰੂਰ ਸੰਪਰਕ ਕਰਨ। ਮੈਂ ਐਜ਼ ਏ ਮੁੱਖ ਸੇਵਾਦਾਰ ਇਸਤਰੀ ਅਕਾਲੀ ਦਲ ਦੀ ਵੀ ਉਹਨਾਂ ਨੂੰ ਆਵਾਜ਼ ਮਾਰਦੀ ਹੈ ਕਿ ਬੀਬੀ ਜੀ ਜੇ ਤੁਹਾਡੇ ਕੋਲ ਕੋਈ ਜਥੇ ਹੈ ਤਾਂ ਉਹ ਪਹੁੰਚ ਕਰੋ, ਤਾਂ ਜੋ ਅਸੀਂ ਤੁਹਾਡੀ ਆਵਾਜ਼ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਵਿੱਚ ਲਿਜਾਈਏ ਅਤੇ ਉੱਥੇ ਜਾ ਕੇ ਪ੍ਰਵਾਨ ਕਰਾਈਏ। ਅੱਛਾ ਬੀਬੀ ਜੀ, ਅਗਰ ਗੱਲ ਕਰੀਏ ਪੋਲਿਟਿਕਸ ਦੀ, ਆਪਾਂ ਰਾਣਾ ਗੁਰਜੀਤ ਜੀ ਦੀ ਗੱਲ ਕਰ ਰਹੇ ਹਾਂ, ਰਾਣਾ ਗੁਰਜੀਤ ਜੀ ਇਹ ਮੇਰੀ ਖਬਰ ਤੁਸੀਂ ਖਤਮ ਕਰ ਦੇਣੀ, ਮੈਂ ਨਹੀਂ ਖਬਰ ਨਹੀਂ ਖਤਮ ਕਰ ਰਹੀ, ਖਬਰ ਰਾਣਾ ਜੀ ਤੇ ਵੀ ਹੈਗੀ। ਹਾਂਜੀ, ਇੱਕ ਸਵਾਲ ਹੈ ਬਸ, ਅੱਜ ਰਾਣਾ ਨੂੰ ਫਿਰ ਮੁੜ ਕੇ ਆ ਜਾਊਂ ਮੈਂ, ਇੱਕ ਸਵਾਲ ਬਸ, ਸਾਡਾ ਸਵਾਲ ਹੈਗਾ, ਸਵਾਲ ਦੀ ਦੇਖੋ ਜੀ, ਭਾਵੇਂ ਰਾਣਾ ਗੁਰਜੀਤ ਹੋਵੇ, ਭਾਵੇਂ ਕੋਈ MLA ਹੋਵੇ, ਭਾਵੇਂ ਕੋਈ ਮੰਤਰੀ ਹੋਵੇ, ਜਿਹੜਾ ਗੈਰ ਕਾਨੂੰਨੀ ਕਰੇਗਾ ਉਹਨੂੰ ਕਾਨੂੰਨੀ ਤੌਰ ਦੇ ਉੱਤੇ ਕਾਰਵਾਈ ਹੋਏਗੀ।